ਤਾਂ ਦੱਸ ਦੇ ਕਿ ਕਾਰ ਅਤੇ ਬੱਸ ਦੀ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਗੱਡੀ ਅਤੇ ਬੱਸ ਦੋਨਾਂ ਦੇ ਪਰਖੱਚੇ ਉੱਡ ਗਏ ਨੇ। ਤਾਂ ਦੱਸ ਦਈਏ ਕਿ ਬੱਸ ਦੇ ਵਿੱਚ ਕਈ ਸਵਾਰੀਆਂ ਵੀ ਬੈਠੀਆਂ ਸੀ ਜਿਸ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ। ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਹਾਦਸੇ ਤੋਂ ਬਾਅਦ ਦੋਨਾਂ ਹੀ ਵਾਹਨਾਂ ਦੇ ਪਰਖੱਚੇ ਉੱਡ ਗਏ ਨੇ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ ਜਿੱਥੇ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸੜਕ 'ਤੇ ਗੱਡੇ ਹੋਣ ਕਰਕੇ ਸਾਹਮਣੇ ਤੋਂ ਆ ਰਹੀ ਕਾਰ ਬੇਕਾਬੂ ਹੋ ਜਾਂਦੀ ਹੈ ਅਤੇ ਜਿਸ ਤੋਂ ਬਾਅਦ ਇਹ ਬੱਸ ਦੇ ਨਾਲ ਜਾ ਵੱਜਦੀ ਹੈ ਜਿਸ ਕਾਰਨ ਇਹ ਵੱਡਾ ਹਾਦਸਾ ਹੋਇਆ। ਤਾਂ ਇਸ ਸੰਬੰਧੀ ਪੰਜਾਬ ਰੋਡਵੇਜ਼ ਦੇ ਬੱਸ ਡਰਾਈਵਰ ਨੇ ਦੱਸਿਆ ਕਿ ਉਹ ਫਾਜ਼ਿਲਕਾ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਓਵਰ ਸਪੀਡ ਕਾਰ ਆ ਰਹੀ ਸੀ ਤਾਂ ਬੇਕਾਬੂ ਹੋਈ ਤੇਜ਼ ਰਫਤਾਰ ਕਾਰ ਬੱਸ ਦੇ ਵਿੱਚ ਆ ਵੱਜਦੀ ਹੈ ਜਿਸ ਤੋਂ ਬਾਅਦ ਬੇਕਾਬੂ ਹੋਈ ਬੱਸ ਨੂੰ ਚਾਲਕ ਨੇ ਸੰਭਾਲਣ ਦੀ ਕੋਸ਼ਿਸ਼ ਕੀਤੀ ਤੇ ਫਿਰ ਇਸਦੇ ਵੱਲੋਂ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਦੀ ਜਾਨ ਬਚਾਈ ਗਈ। ਹਾਲਾਂਕਿ ਇਸ ਹਾਦਸੇ ਦੇ ਵਿੱਚ ਕਾਰ ਅਤੇ ਬੱਸ ਦਾ ਭਾਰੀ ਨੁਕਸਾਨ ਹੋ ਗਿਆ। ਇਹ ਤਸਵੀਰਾਂ ਨੇ ਵੇਖੋ ਕਾਰ ਬਿਲਕੁਲ ਹੀ ਖਤਮ ਹੋ ਚੁੱਕੀ ਹੈ ਜਦਕਿ ਬੱਸ ਦਾ ਵੀ ਭਾਰੀ ਨੁਕਸਾਨ ਹੋਇਆ। ਤਾਂ ਉੱਥੇ ਹੀ ਮੌਕੇ 'ਤੇ ਮੌਜੂਦ ਸ਼ਖਸ ਨੇ ਦੱਸਿਆ ਕਿ ਉਸਦੇ ਘਰ ਦੇ ਸਾਹਮਣੇ ਗੱਡੇ ਨੇ ਜਿਸ ਕਰਕੇ ਇਹ ਵੱਡਾ ਹਾਦਸਾ ਹੋਇਆ। ਤਾਂ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਹਾਦਸੇ ਹੋ ਚੁੱਕੇ ਨੇ ਜਿਸ ਤੋਂ ਬਾਅਦ ਮੌਕੇ 'ਤੇ ਕਾਫ਼ੀ ਲੰਬਾ ਜਾਮ ਵੀ ਲੱਗ ਜਾਂਦਾ। ਤਾਂ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਈ ਲੋਕਾਂ ਨੂੰ ਮਾਮੂਲੀ ਸੱਟਾਂ ਜ਼ਰੂਰ ਲੱਗੀਆਂ ਨੇ ਜਿਨ੍ਹਾਂ ਨੂੰ ਕਿ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਅਸੀਂ ਫਾਜ਼ਿਲਕਾ ਤੋਂ ਆ ਰਹੇ ਸੀ ਅੰਮ੍ਰਿਤਸਰ ਜਾਣਾ ਸੀਗਾ, ਇੱਧਰੋਂ ਕਾਰ ਜਿਹੜੀ ਹੈ ਉਹ ਓਵਰ ਸਪੀਡ 'ਤੇ ਆ ਰਹੀ ਸੀ, ਜਿੱਥੇ ਕਾਰ ਵੱਜੀ ਹੈ ਉੱਥੋਂ ਪਿੱਛੇ ਉੱਕਣੀ ਹੈ ਤਕਰੀਬਨ ਕਿਲਾ ਡੇਢ ਕਿਲਾ ਵਾਰਡ 'ਤੇ, ਉੱਥੇ ਆ ਕੇ ਸਾਡੇ ਵਿੱਚ ਵੱਜੀ ਹੈ। ਗਲਤੀ ਕਾਰ ਵਾਲੇ ਦੀ ਹੈ, ਇਹ ਨੁਕਸਾਨ ਨਹੀਂ ਹੋਇਆ। ਜਿਹੜਾ ਕਾਰ ਚਲਾਉਣ ਵਾਲਾ ਸੀਗਾ ਉਹ ਭੱਜ ਚੁੱਕਿਆ, ਹੈਗੇ ਮੁਲਾਜ਼ਮ ਆ ਪੁਲਿਸ ਮੁਲਾਜ਼ਮ। ਜੇ ਪੁਲਿਸ ਮੁਲਾਜ਼ਮ ਵੀ ਇੱਦਾਂ ਕਰਨਗੇ ਓਵਰ ਸਪੀਡ 'ਤੇ ਗੱਡੀਆਂ ਚਲਾਉਣਗੇ ਤਾਂ ਫਿਰ ਆਮ ਪਬਲਿਕ ਦਾ ਕੀ ਹੋਊਗਾ? ਮੁਲਾਜ਼ਮ ਹੈਗੇ ਠਾਣ ਦਾ ਜੀ, ਜੀ ਬਹੁਤ 170 ਦੀ ਸਪੀਡ 'ਤੇ ਕਾਰ ਸੀ, ਬਟ ਮੈਂ ਸਾਹਮਣੇ ਮੈਂ ਟਿਕਟੋ ਸਖੀਰੇ ਤੋਂ ਮੈਂ ਟਿਕਟਾਂ ਕੱਢਦਾ ਯਾਰ ਘੱਟੋ ਘੱਟ 2-3 ਸਾਲ ਹੋ ਗਏ ਜੀ ਖੱਡੇ ਇੱਥੇ ਨੇ, ਕੋਈ ਖੱਡਿਆਂ ਦੀ ਸੁਣਵਾਈ ਨਹੀਂ, ਕੋਈ ਵੇਧਾ ਨਹੀਂ, ਇੱਥੇ ਰੋਜ਼ ਐਕਸੀਡੈਂਟ ਹੁੰਦੇ। ਆਪੋ ਆਪਦੇ ਪੇਸ਼ੈਂਟ ਨੂੰ ਜੇ ਡਿੱਗਦਾ ਉਹਨੂੰ ਸੱਟਾਂ ਲੱਗਦੀਆਂ, ਆਪਣੇ ਚੱਕ ਲੈ ਜਾਂਦੇ ਜੀ, ਕੋਈ ਅਧਿਕਾਰੀ ਨਹੀਂ ਇੱਥੇ ਵੇਖਦਾ, ਕੋਈ ਸੁਣਦਾ ਨਹੀਂ ਕਿ ਕੋਈ ਐਦਾਂ ਨਹੀਂ ਖੱਡਾ ਜੀ। ਕੱਲ੍ਹ ਪਰਸੋਂ ਇੱਥੇ ਉੱਥੇ ਗੱਡੀ ਘੁੰਮਦੀ ਕੰਮਦੀ ਆਟੋਆਂ 'ਚ ਵੱਜੀ ਮੁੱਦੀ ਹੋਈ ਚਾਰੇ ਟਾਇਰ, ਉਹ ਤਾਂ ਰਾਤੀ ਡੇਢ ਵਜੇ ਲੁੱਕੀ ਚੁੱਕ ਕੇ ਅਤੇ ਲੋਕਾਂ ਨੇ ਕੱਢਿਆ। ਅੱਜ ਵੀ ਅਸੀਂ ਤਾਂ ਘਰੇ ਤਾਂ ਅਤੇ ਖੜਕਾ ਸੁਣ ਕੇ ਬਾਹਰ ਆਏ ਹਾਂ ਅਤੇ ਉਵੇਂ ਹੀ ਦੱਸਦੇ ਪਏ ਨੇ ਜੀ ਸਾਰੇ ਵੀ ਉੱਥੇ ਗੱਡੀ ਟੋਏ 'ਚ ਵੱਜੀ ਹੈ ਕਾਰ, ਅੱਗੋਂ ਬੱਸ ਆਉਂਦੀ ਸੀ ਐਕਸੀਡੈਂਟ ਹੋ ਗਿਆ। ਇਹ ਨਹੀਂ ਮੈਨੂੰ ਪਤਾ ਜੀ ਕਾਰਨ ਕੀ, ਮੈਂ ਤਾਂ ਇਹ ਆਉਣਾ ਵੀ 3 ਸਾਲ ਦੇ ਨੇ ਅਤੇ ਇਹ ਸਰਕਾਰਾਂ ਅਤੇ ਇਹ ਜਿਹੜੇ ਅਧਿਕਾਰੀ ਨੇ ਇਹ ਸੁੱਤੇ ਕਰਦੇ ਕੀ ਨੇ, ਇੰਨੀਆਂ ਇੰਨੀਆਂ ਤਨਖਾਹਾਂ ਲੈਂਦੇ ਨੇ। ਕੋਈ ਨਹੀਂ ਮੈਂ ਕੋਈ ਨਹੀਂ ਕੀਤੀ ਜੀ, ਮੈਂ ਝੂਠ ਨਹੀਂ ਮਾਰਨਾ ਅਤੇ ਸਾਡੇ ਪਿੰਡੋਂ ਜਾ ਕੇ ਬੰਦੇ ਵੀ ਬੀਬੀਆਂ ਵੀ ਕਾਫੀ ਗਏ ਨੇ, ਮਿਲ ਕੇ ਆਏ ਨੇ। ਪਾਣੀ ਦੀ ਨਿਕਾਸੀ ਕੋਈ ਜੀ 2-3 ਸਾਲ ਦੀ, ਪਾਣੀ ਬਾਲਟੀਆਂ ਨਾਲ ਕੱਢ ਕੱਢ ਕੇ ਸੜਕੋ ਪਾਰ ਟੋਲ ਗਿਆ, ਪਾਣੀ ਤਾਂ ਛੱਡਿਆ ਜੀ, ਹਰ ਗੱਡੀ ਇੱਥੇ ਰੁਕ ਜਾਂਦੀ। ਮੈਂ ਤਾਂ ਮੇਰੀ ਸਮਝ ਤੋਂ ਬਾਹਰ ਹੈ ਜੀ ਵੀ ਇਹ ਕਰਦੇ ਕੀ ਨੇ ਜੀ, ਜਦੋਂ ਗੱਡੀ ਹਰ ਮੁੱਖ ਮੰਤਰੀ ਦੀ ਗੱਡੀ ਵਿੱਚ ਬ੍ਰੇਕ ਲਾ ਕੇ ਲੰਘਦੀ, ਜਦੋਂ ਲੰਘੇ ਜੀ ਸੁਣਵਾਈ ਕੋਈ ਨਹੀਂ ਜੀ, ਕੋਈ ਵੇਂਦਾ ਹੀ ਕੋਈ ਨਹੀਂ ਜੀ। ਜੇ ਕੋਈ ਜਾਂਦੇ ਨੇ ਸਾਡੇ ਪਿੰਡ ਵਾਲੇ ਐੱਮ ਐੱਲ ਏ ਕੋਲ ਉਹ ਆਏ ਜੀ, ਉਹਨੇ ਵਿਸ਼ਵਾਸ ਦਵਾਇਆ ਕਰਾ ਜਾਂਗੇ, ਹੁਣ ਵਿਸ਼ਵਾਸ 'ਚ ਕੰਮ ਚੱਲ ਹੀ ਜਾਂਦਾ, ਉਹਨੇ ਤੈਨੂੰ 2.5 ਸਾਲ ਇਹਨਾਂ ਦੇ ਉੱਤੇ ਲੰਘ ਟੱਪ ਜਾਣ ਦੇ ਹੋਰ ਆ ਜੇ ਕੰਮ। ਇੱਕ ਡੱਕੇ ਦਾ ਨਹੀਂ ਜੀ, ਡੱਕੇ ਦਾ ਕੰਮ ਨਹੀਂ, ਸਾਡੇ ਰਸਤਾ ਨੇ ਆ ਵੀ ਆ
ਆਹ ਜਿਹੜੇ ਸਾਡੇ ਟੋਏ ਨੇ ਜੀਟੀ ਰੋਡ ਵਾਲੇ, ਇਹ ਤਾਂ ਭਰਨ ਘੱਟੋ ਘੱਟ ਹੋਰ ਕੋਈ ਨਾ ਕਰਨ, ਗੱਡੀ ਕੋਈ ਲੁੱਕ 'ਤੇ ਡਰੰਮ ਲੱਗਣਾ ਹੈ। ਤੋ ਉਦਣ ਪਿੰਡਾਂ ਨੇ ਫੰਡ ਜੋੜ ਕੇ ਜੀ 100-100, 200-200, 500-500, 1000-1000 ਪਿੰਡਾਂ ਨੇ ਜੋੜਿਆ। ਉਹ ਚੱਲ ਕੇ ਤੁਸੀਂ ਪੱਤਰਕਾਰ 'ਚ ਦੇਖ ਲਓ, ਅੱਧਾ ਪਾਸਾ ਜਿਹੜਾ ਸੀਮੈਂਟ ਦੇ ਬਜਰੀ ਨਾਲ ਆਪ ਭਰਿਆ ਪਿੰਡ ਵਾਲਿਆਂ, ਆਪ ਲੱਗ ਕੇ ਪਿੰਡੋਂ ਹੀ ਮਿਸਤਰੀ ਲਾ ਕੇ ਪਿੰਡੋਂ ਹੀ ਮਜ਼ਦੂਰ ਲਾ ਕੇ ਅੱਧੀ ਜਿਹੜੀ ਅੱਜ ਉਹਦੇ ਉਸ ਖੱਡੇ 'ਚ ਵੱਜੀ ਗੱਡੀ, ਜਿਸ ਕਰਕੇ ਆਹ ਕੰਮ ਹੋਇਆ। ਕਿਉਂਕਿ ਨਿਕਾਸੀ ਨਹੀਂ ਹੈਗੀ ਜੀ, ਉਹ ਪਾਣੀ ਉੱਥੇ ਨੀਵਾਂ ਨੇ, ਉੱਥੇ ਖੜਦਾ ਉੱਥੋਂ ਹੀ ਖੱਡੇ ਵੱਜ ਗਏ ਜੀ, ਖੱਡੇ ਇਵੇਂ ਹੀ ਵੱਜੇ ਤੁਹਾਡੀ ਗੱਲ ਨਾਲ ਬਿਲਕੁਲ। ਮੈਂ ਆਉਣਾ ਵੀ ਇਹ ਨੀਵਣ ਕਰਕੇ ਖੱਡੇ ਵੱਜੇ ਨੇ ਜੀ, ਅਤੇ ਉੱਥੇ ਕਰਕੇ ਜੀ, ਪਰ ਸੁਣਨ ਵਾਲਾ ਕੋਈ ਨਹੀਂ ਜੀ। ਮਾਮੂਲੀ ਖੱਡਾ ਜਿਹੜਾ ਐਡਾ ਬਣਿਆ ਪਿਆ, ਮੈਂ ਦੱਸਿਆ 2-3 ਸਾਲ ਦੇ ਖੱਡਿਆਂ ਵੀ ਲੱਗੋ, ਕਿਉਂ ਨਹੀਂ ਇਹ ਮਤਲਬ ਇੰਨਾ ਧਿਆਨ ਦਿੰਦੇ? ਇਹ ਤਾਂ ਜਾਂ ਰੱਬ ਨੂੰ ਪਤਾ ਹੈ ਜਾਂ ਇਹਨਾਂ ਅਧਿਕਾਰੀਆਂ ਨੂੰ ਪਤਾ ਹੈ। ਤਾਂ ਇਸ ਤੋਂ ਜ਼ਿਆਦਾ ਸਾਡੀ ਬੇਨਤੀ ਸਰਕਾਰ ਨੂੰ, ਅਸੀਂ ਹੱਥ ਬੰਨ ਕੇ ਬੇਨਤੀ ਕਰਨੇ ਸਾਰੇ ਪਿੰਡ ਵਾਲੇ, ਉਹ ਪਿੰਡ ਵਾਲੇ ਵੀ ਆਉਂਦੇ ਬਣੇ, ਜੇ 1-2 ਦਿਨ ਨਾ ਹੋਇਆ ਤਾਂ ਅਸੀਂ ਇੱਥੇ ਧਰਨਾ ਵੀ ਲਾਵਾਂਗੇ, ਤਾਂ ਬਿਲਕੁਲ ਲਾਵਾਂਗੇ ਜੀ। ਸਾਰੇ ਪਿੰਡ ਵਾਲੇ ਗਰੀਬ ਗੁਰਬਾ ਹੈ, ਸਧਾਰਨ ਲੋਕ ਨੇ, ਮਿਹਨਤ ਮਜ਼ਦੂਰੀ ਵਾਲੇ ਨੇ, ਪਰ ਰੋਜ਼ ਪਰੇਸ਼ਾਨੀ ਦਿਨ ਰਾਤ, ਸਾਡੀਆਂ ਤਾਂ ਰੋਟੀਆਂ ਆਰਾਮ ਮੰਨਿਆ ਰਹਿੰਦੀਆਂ, ਸਾਡੇ ਗੁਆਂਢ ਐਕਸੀਡੈਂਟ ਹੋ ਗਿਆ ਤਾਂ ਮੇਰੇ ਵਰਗਾ ਤਾਂ ਗੁੱਡਾਂ ਹੋਇਆ, ਫਿਰ ਤਾਂ ਹੋ ਜਾਂਦਾ। ਇੰਨਾ ਹੀ ਕਹਿੰਦਾ ਹੋਇਆ ਮੈਂ ਬੇਨਤੀ ਫਿਰ ਕਰਨਾ ਸਰਕਾਰ ਨੂੰ ਕਿ ਆ ਸਾਡਾ ਇੱਕ ਪਾਣੀ ਦੀ ਨਿਕਾਸੀ ਇੱਕ ਟੋਏ ਸਾਡੇ ਭਰ ਦਿਓ। ਬਹੁਤ ਬਹੁਤ ਧੰਨਵਾਦੀ ਹੋਵਾਂਗੇ ਜੇ ਭਰਨਗੇ ਤਾਂ, ਫਿਰ ਅਸੀਂ ਤਾਂ ਫਿਰ ਜਿਹੜਾ ਜੀਣ ਜੀਣੇ ਪੈ ਜੀਣੀ। ਅੱਜ ਸੁਬਾਹ ਦੀ ਕਰੀਬ ਗੱਲ ਆ, ਸਾਨੂੰ ਤਲਾਹ ਮਿਲੀ ਆ ਵੀ ਪਿੰਡ ਬਾਬਾ ਬਸਤੀ ਸਰੂਪਦਾਸ ਦੇ ਨੇੜੇ ਐਕਸੀਡੈਂਟ ਹੋ ਗਿਆ। ਇੱਕ ਸਾਈਡ ਤੋਂ ਕਾਰ ਆ ਰਹੀ ਸੀਗੀ, ਇੱਕ ਸਾਈਡ ਤੋਂ ਪੰਜਾਬ ਰੋਡਵੇਜ਼ ਦੀ ਬੱਸ ਆ ਰਹੀ ਸੀਗੀ। ਇੱਥੇ ਥੋੜ੍ਹਾ ਜਿਹਾ ਸੜਕ ਦੇ ਵਿੱਚ ਥੋੜ੍ਹਾ ਜਿਹਾ ਹੋਣ ਕਰਕੇ ਉਹਦੇ ਕਰਕੇ ਇਹਨਾਂ ਦੀ ਆਪਸ 'ਚ ਲੱਗ ਗਈਆਂ ਗੱਡੀਆਂ। ਮੌਕੇ 'ਤੇ ਪਹੁੰਚੇ ਹਾਂ, ਕੁਛ ਕਾਰ ਵੀ ਚੱਲ ਰਹੀ ਹੈ, ਪੁੱਛ ਗਿੱਛ ਹੋ ਰਹੀ ਆ, ਉਹਦੇ ਮੁਤਾਬਕ ਜਿਹੜੀ ਬਣਦੀ ਆ ਕਾਰ ਵੀ ਹੈਗੀ। ਕੋਈ ਨਹੀਂ ਹੈਗਾ, ਜਿਸ ਮੁਤਾਬਕ ਬੱਸ ਦੇ ਕੰਡਕਟਰ ਅਤੇ ਬੱਸ ਦੇ ਡਰਾਈਵਰ ਦੱਸ ਰਹੇ ਨੇ, ਸਵਾਰੀ ਦੇ ਕਿਸੇ ਦੇ ਕੋਈ ਵੀ ਮਾਲੀ ਜਾਨੀ ਨੁਕਸਾਨ। ਉਹ ਪੰਚਾਇਤ ਇਹਦੀ ਰਿਪੇਅਰ ਕਰ ਰਹੀ ਸੀਗੀ, ਇੱਕ ਸਾਈਡ ਤੋਂ ਪੰਚਾਇਤ ਨੇ ਰਿਪੇਅਰ ਕਰਾ ਦਿੱਤੀ ਹੈਗੀ ਆ, ਦੂਜੀ ਸਾਈਡ ਤੋਂ ਰਿਪੇਅਰ ਚੱਲ ਰਹੀ ਸੀਗੀ। ਇਹਦੇ 'ਚ ਜਿਹੜਾ ਪਿੰਡ ਦਾ ਪਾਣੀ ਪੂਣੀ ਦਾ ਨਿਕਾਸ ਨਾ ਹੋਣ ਕਰਕੇ ਕਿਤੇ ਸੜਕ ਦੇ ਥੋੜ੍ਹੇ ਜਿਹੇ ਖੱਡੇ ਦੀ ਹੱਡੀ ਆ। ਇਹ ਤਾਂ ਜੀ ਹੁਣ ਜੋ ਤਫਤੀਸ਼ ਦੇ ਵਿੱਚ ਸਾਹਮਣੇ ਗੱਲ ਆਏ ਜੀ, ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ ਜੀ, ਜਿਹਦਾ ਕਸੂਰ ਮਰੇਗਾ ਉਹਦੇ ਮੁਤਾਬਕ ਚੱਲੇ ਜਾਏ। ਹਾਂ ਨਹੀਂ ਜੀ, ਉਸ ਤਰ੍ਹਾਂ ਦੇ ਕੋਈ ਨੁਕਸਾਨ ਨਹੀਂ ਹੋਇਆ ਗਾ, ਗੱਡੀਆਂ ਦੋਨਾਂ ਦੇ ਨੁਕਸਾਨ ਹੋਇਆ, ਉਹ ਜੀ ਹਾਲੇ ਤੱਕ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਆਈ, ਬੱਸ ਦੀ ਸਵਾਰੀ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ।